ਆਸਟ੍ਰੇਲੀਆ ਨੇ ਰੋਨਾਪ੍ਰੋਵ ਨਾਮ ਦੀ ਇੱਕ ਕੋਵਿਡ-19 ਦਵਾਈ ਦੀਆਂ 15,000 ਖੁਰਾਕਾਂ ਪ੍ਰਾਪਤ ਕਰਨ ਦਾ ਸੌਦਾ ਕੀਤਾ ਜੋ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਦੀ ਸਹਾਇਤਾ ਕਰੇਗਾ। ਰੈਗੂਲੇਟਰੀ ਦੀ ਪ੍ਰਵਾਨਗੀ ਪੈਂਡਿੰਗ ਹੋਣ ਕਰਕੇ ਰੋਜੇ ਉਤਪਾਦਾਂ ਤੋਂ ਐਂਟੀਬਾਡੀ ਆਧਾਰਿਤ ਥੈਰੇਪੀ ਮਹੀਨੇ ਦੇ ਅੰਤ ਤੱਕ ਉਪਲਬਧ ਹੋਣ ਦੀ ਉਮੀਦ ਹੈ। ਰੋਨਾਪ੍ਰੋਵ ਦੀ ਵਰਤੋਂ ਕੋਵਿਡ-19 ਸਕਾਰਾਤਮਕ ਮਰੀਜ਼ਾਂ ਦੇ ਇਲਾਜ ਵਿੱਚ ਸਹਾਇਤਾ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਕੋਈ ਪ੍ਰਭਾਵੀ ਪ੍ਰਤੀਰੋਧੀ ਪ੍ਰਣਾਲੀ ਨਹੀਂ ਹੁੰਦੀ। ਇਹ ਦਵਾਈ ਉਹਨਾਂ ਲੋਕਾਂ ਦੀ ਸਹਾਇਤਾ ਕਰੇਗੀ ਜੋ ਬਿਨਾਂ ਟੀਕਾਕਰਨ ਦੇ ਵਾਇਰਸ ਨਾਲ ਸੰਕਰਮਿਤ ਹੁੰਦੇ ਨੇ। ਸਿਹਤ ਮੰਤਰੀ ਗ੍ਰੈਗ ਹੰਟ ਨੇ ਕਿਹਾ ਕਿ ਰਾਸ਼ਟਰੀ ਪੱਧਰ ਤੇ ਆਸਟ੍ਰੇਲੀਆ ਦੀ ਪਹਿਲੀ ਖੁਰਾਕ ਟੀਕਾਕਰਨ ਦੀ ਦਰ 84.6% ਤੇ ਪਹੁੰਚ ਗਈ ਹੈ। ਰਾਸ਼ਟਰੀ ਪੱਧਰ ਤੇ ਪੂਰੀ ਤਰ੍ਹਾਂ ਟੀਕਾਕਰਨ ਦੀ ਦਰ ਹੁਣ 67.8%